ਧਰ ਮੈਂ ਤੈਨੂੰ ਇੱਕੋ ਹੀ ਗੱਲ ਕਿੰਨੇ ਦਿਨ ਹੋ ਗਏ ਸਮਝਾਉਂਦੇ ਨੂੰ, ਹੁਣ ਹਾਂ ਨਾ ਦਾ ਵਾਰਾ ਸਾਰਾ ਦੇ ਦੇ ਬਾਈ ਮੈਨੂੰ, ਨਾਲੇ ਮੈਂ ਤੈਨੂੰ ਕੋਈ ਮਾੜੇ ਥਾਂ ਥੋੜ੍ਹੀ ਖੜਾਉਂਗਾ, ਉਹ ਆਪਦਾ ਬੰਦਾ ਤੂੰ, ਤੇਰੇ ਫਾਇਦੇ ਦੀ ਗੱਲ ਕਰਦਾ ਮੈਂ, ਕੁੜੀ ਤੇਰੀ ਰਾਜ ਕਰੂ ਉਹਨਾਂ ਦੇ ਘਰੇ। ਉਹ ਤਾਂ ਬਾਈ ਤੇਰੀ ਗੱਲ ਠੀਕ ਹੈ, ਮੈਂ ਮੰਨਦਾ ਵੀ ਜਦੋਂ ਐਡਾ ਤਕੜਾ ਉਹਨਾਂ ਦਾ ਕੰਮ ਹੈਗਾ, ਉਹ ਗਰੀਬ ਜੇ ਘਰ ਨਾਲ ਕਿਉਂ ਰਿਸ਼ਤਾ ਜੋੜਦੇ ਨੇ? ਓਹੋ, ਉਹ ਬਾਈ ਤੂੰ ਤਾਂ ਕਮਲ ਹੈ, ਸੋ ਪੰਜੇ ਉਂਗਲਾਂ ਇੱਕ ਸਾਰ ਥੋੜੀ ਹੁੰਦੀਆਂ ਨੇ ਵੀ ਜੇ ਕੋਈ ਕਿਸੇ ਦਾ ਘਰ ਤਕੜਾ ਉਹ ਅਗਲਾ ਦਾਜ ਹੀ ਮੰਗੂਗਾ। ਬਾਈ ਇਹਨਾਂ ਦੀ ਸੋਚ ਹੀ ਬੰਦਿਆਂ ਦੀ ਬਹੁਤ ਵਧੀਆ। ਇਹ ਕਹਿੰਦੇ ਅਸੀਂ ਤਕੜੀ ਘਰ ਦੇ ਤਾਂ ਰਿਸ਼ਤੇ ਨੂੰ ਤਾਂ ਲੈਣਾ ਲੱਗੀਆਂ ਪੰਜਾਂ ਨੇ, ਇਹ ਕਹਿੰਦੇ ਅਸੀਂ ਜਿਹਦਾ ਮਰਜ਼ੀ ਰਿਸ਼ਤਾ ਲੈ ਲਈਏ, ਪਰ ਇਹਨਾਂ ਦੀ ਸੋਚ ਹੈ ਵੀ ਅਸੀਂ ਤਾਂ ਕਿਸੇ ਗਰੀਬ ਜੇ ਘਰ ਦੀ ਜ਼ਿੰਦਗੀ ਸਵਾਰਨੀ ਹੈ, ਕਿਸੇ ਗਰੀਬ ਘਰ ਦੀ ਕੁੜੀ ਲਿਆਵਾਂਗੇ ਆਪਦੇ ਘਰੇ। ਵਿੱਚੋਂ ਕੋਈ ਗੱਲ ਕਿਤੇ ਹੋਰ ਨਾ ਬਾਈ ਨਿਕਲ ਆਵੇ। ਉਹ ਬਾਈ ਮੈਂ ਬੈਠਾ ਨਾ, ਮੇਰੀ ਗਾਰੰਟੀ ਹੈ। ਠੀਕ ਹੈ, ਚਲੋ ਮੈਂ ਮੇਰੀ ਬੇਟੀ ਨਾਲ ਗੱਲ ਕਰ ਲਾਂ ਮੈਡਮ ਜੀ। ਹਾਂ ਕਰ ਲੈ ਕਰ ਲੈ। ਕੰਮੋ ਬੇਟਾ ਹੋ ਰਿਹਾ? ਹਾਂਜੀ ਬਾਪੂ ਜੀ। ਪੁੱਤ ਤਾਂ ਗੱਲਾਂ ਤਾਂ ਸਾਰੀਆਂ ਸੁਣੀ ਲੈਤੀਆਂ। ਹਾਂਜੀ ਬਾਪੂ ਜੀ। ਅਤੇ ਵਧੀਆ ਕੰਮ ਕਾਰ ਹੈ ਇਹਨਾਂ ਦਾ, ਤਕੜਾ ਕੰਮ ਹੈ। ਵੀ ਤੇਰੇ ਰਿਸ਼ਤੇ ਦੀ ਗੱਲ ਕਰਦਾ ਸੀਗਾ ਵੀ ਤੂੰ ਦੱਸ ਕੀ ਚਾਹੁੰਦੀ ਹੈਗੀ। ਹਾਂ ਕਰ ਦਿਓ ਬਾਪੂ ਜੀ ਤੁਸੀਂ, ਨਾਲੇ ਮੈਂ ਤੁਹਾਡੇ 'ਤੇ ਕਿੰਨਾ ਕੁ ਟਾਈਮ ਬੋਝ ਬਣੀ ਰਹੂੰਗੀ। ਚਲੋ ਕੋਈ ਨਾ ਪੁੱਤ, ਤੇਰੀ ਜ਼ਿੰਦਗੀ ਵਧੀਆ ਲੰਘ ਜੂਗੀ। ਬਾਈ ਜੀ ਸਾਡੇ ਵੱਲੋਂ ਹਾਂ, ਆ ਕੀਤੀ ਹੈ ਨਾ ਸਿਆਣੇ ਬੰਦੇ ਵਾਲੀ ਗੱਲ। ਚੱਲ ਠੀਕ ਹੈ ਫਿਰ, ਕਰਦਾ ਮੈਂ ਮੁੰਡਿਆਂ ਨਾਲ ਗੱਲ। ਦੇਖ ਕੰਮੋ, ਇਸ ਕੋਠੀ ਦੀ ਅੱਜ ਤੋਂ ਤੂੰ ਮਾਲਕ ਨਹੀਂ ਬਣ ਗਈ। ਤੈਨੂੰ ਦੱਸਿਆ ਸੀ ਨਾ ਮੈਂ, ਤੇਰੇ ਤੋਂ ਬਿਨਾਂ ਇਸ ਕੋਠੀ ਦੇ ਵਿੱਚ ਹੋਰ ਕੋਈ ਨਹੀਂ, ਮੈਂ ਤੇ ਤੂੰ ਹੀ ਆਈ। ਕੋਠੀ ਪਸੰਦ ਆਇਆ ਨਾ ਤੈਨੂੰ ਘਰ ਆਪਣਾ? ਬਹੁਤ ਸੋਹਣਾ ਘਰ ਹੈ ਜੀ। ਆ ਜਾ। ਹਾਂ ਕੌਣ ਨੇ? ਅੱਛਾ ਕੰਮੋ, ਮੇਰੇ ਡੈਡੀ ਨੇ। ਤੁਸੀਂ ਤਾਂ ਕਹਿੰਦੇ ਸੀ ਆਪਣੇ ਤੁਸੀਂ ਇਸ ਘਰ 'ਚ ਕੋਈ ਵੀ ਨਹੀਂ ਹੈਗਾ ਗਾ। ਉਹ ਕਮਲੀਏ, ਮੈਂ ਤੈਨੂੰ ਇਹ ਨਹੀਂ ਕਿਹਾ ਸੀ ਵੀ ਕੋਈ ਨਹੀਂ ਹੈਗਾ, ਕਹਿਣ ਦਾ ਮਤਲਬ ਮੇਰਾ ਇਹ ਸੀ ਕਿ ਮੇਰੀ ਮਾਂ ਨਹੀਂ ਹੈਗੀ ਇਸ ਘਰ ਦੇ ਵਿੱਚ, ਇਹ ਮੇਰਾ ਪਿਓ ਹੈ। ਆ ਮਿਲਦੇ ਹਾਂ, ਪੈਰੀ ਪੈਣਾ ਪਾਪਾ ਜੀ। ਕਿਦਾਂ ਰਿਹਾ ਪੁੱਤਰ? ਜਿਵੇਂ ਤੁਸੀਂ ਕਿਹਾ ਸੀ ਨਾ, ਵਿਆਹ ਲਿਆ ਮੈਂ ਇਸ ਕੁੜੀ ਨੂੰ। ਪੈਰੀਆਂ ਥਲਾ ਬਸ ਠੀਕ ਹੈ, ਨਾਲੇ ਸਮਝਾ ਤਾ ਸੀ ਇਹਨੂੰ? ਹਾਂ ਡੈਡੀ, ਚੰਗੀ ਤਰ੍ਹਾਂ ਸਮਝਾ ਤਾ ਮੈਂ। ਦੇਖ ਕੰਮੋ, ਡੈਡੀ ਇਸੇ ਘਰ 'ਚ ਹੀ ਰਹਿੰਦੇ ਨੇ ਆਪਣੇ, ਇਹ ਆਪਣੇ ਹੀ ਘਰ ਇੱਧਰ ਲਵੇ, ਪਰ ਤੈਂ ਅਕਾਂਤ ਉੱਧਰ ਨਹੀਂ ਜਾਣਾ, ਇਹ ਡੈਡੀ ਦੀ ਘਰ ਹੈ। ਆ ਜਾ। ਬੈਠ ਕੰਮੋ। ਕੰਮੋ ਇੱਕ ਗੱਲ ਕਹਾਂ, ਸੱਚੀ ਮੇਰੇ ਬੜੇ ਲੰਮੇ ਸਮੇਂ ਦੀ ਇਹ ਰੀਸ ਸੀ ਵੀ ਮੈਨੂੰ ਇੱਕ ਤੇਰੇ ਵਰਗੇ ਘਰ ਵਾਲੀ ਮਿਲੇ, ਜਿਹੜੀ ਮੇਰੀ ਆਗਿਆ 'ਚ ਰਹੇ, ਮੇਰੇ ਘਰ ਤੋਂ ਕਦੇ ਬਾਹਰ ਨਾ ਜਾਵੇ। ਤਾਂ ਦੇਖ ਹੀ ਲਿਆ, ਘਰ ਦੇ ਵਿੱਚ ਆਪਣੇ ਕਮੀ ਕਿਸੇ ਚੀਜ਼ ਦੀ ਨਹੀਂ, ਪਰ ਮੇਰੇ ਕੁਛ ਰੂਲ ਨੇ, ਤੈਨੂੰ ਉਹ ਮੰਨਣੇ ਪੈਣਗੇ। ਦੇਖ ਤੂੰ ਇਸ ਕੋਠੀ ਦੀ ਮਾਲਕਣੀ ਉਨ੍ਹਾਂ ਤੱਕ ਹੈ ਜਦ ਤੱਕ ਤੂੰ ਮੇਰੀ ਆਗਿਆ 'ਚ ਰਹੇਂਗੀ, ਆਪਣੇ ਘਰ ਤੋਂ ਬਾਹਰ ਕਦੇ ਨਹੀਂ ਜਾਣਾ। ਤੈਨੂੰ ਜਿਸ ਵੀ ਚੀਜ਼ ਦੀ ਲੋੜ ਹੈ ਇਸੇ ਘਰ ਦੇ ਵਿੱਚ ਹਾਜ਼ਰ ਮਿਲੂਗੀ, ਕਿਸੇ ਦੇ ਆਏ ਤੋਂ ਫਾਲਤੂ ਗੱਲ ਨਹੀਂ ਕਰਨੀ। ਅਤੇ ਆ ਡੈਡੀ ਵਾਲੇ ਘਰ ਦੇ ਵਿੱਚ ਤਾਂ ਬਿਲਕੁਲ ਨਹੀਂ ਜਾਣਾ। ਠੀਕ ਹੈ, ਮੈਨੂੰ ਬਾਹਰ ਜਾਣ ਦੀ ਕੀ ਲੋੜ ਹੈ ਜੀ, ਸਾਡੇ ਘਰ ਤਾਂ ਕੁਝ ਵੀ ਨਹੀਂ ਸੀ, ਇੱਥੇ ਮੈਨੂੰ ਕਿੰਨਾ ਕੁਝ ਮਿਲ ਗਿਆ। ਖੁਸ਼ ਹੈ ਨਾ ਤੂੰ? ਬਹੁਤ ਖੁਸ਼ ਹਾਂ ਜੀ, ਪਰ ਗੱਲ ਸੁਣੋ ਜੀ, ਮੈਨੂੰ ਡੈਡੀ ਦਾ ਸਵਾਣਾ ਬੜਾ ਅਜੀਬ ਜਿਹਾ ਲੱਗਿਆ, ਕਿੱਦਾਂ ਘੂਰ ਘੂਰ ਵੇਖਦੇ ਸੀ। ਉਹ ਨਹੀਂ ਨਹੀਂ, ਉਹ ਘਬਰਾਉਣ ਦੀ ਲੋੜ ਨਹੀਂ, ਉਹ ਸ਼ੁਰੂ ਤੋਂ ਹੀ ਇਹੋ ਜਿਹੇ ਨੇ। ਬਾਕੀ ਉਹਨਾਂ ਨੇ ਆਪਣੇ ਘਰ 'ਚ ਨਹੀਂ ਆਉਣਾ ਅਤੇ ਉੱਧਰ ਨਹੀਂ ਜਾਣਾ, ਫਿਰ ਤੈਨੂੰ ਕਾਹਦੀ ਸੋਚ, ਬਸ ਰੋਟੀ ਬਣਾਈ ਅਤੇ ਉਹਦੀ ਕੰਧ ਕੋਲ ਰੱਖਤੀ, ਆਪਣੇ ਆਪ ਖਾ ਲਿਆ ਕਰਨੀ। ਠੀਕ ਹੈ, ਬਸ ਜ਼ਿਆਦਾ ਸੋਚਣਾ ਹੁਣ, ਆਰਾਮ ਨਾਲ ਰੈਸ ਕਰ, ਐਂ ਸਮਝ ਵੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ। ਡੈਡੀ ਪਤਾ ਨਹੀਂ ਕਿੱਥੇ ਨੇ, ਦਿਸਦੇ ਨਹੀਂ ਹੈਗੇ।
डैडी जी सुनिए तू की कर रही है इधर डैडी जी मैं चाह लेके आई सी बिक्की अजे सुते पे रख दे उठी नाले बिक्की ने समझाने तेनू भी इधर नहीं आना हैगा डैडी जी क्या हाता सीगा वो सो रहे सी मैं इस करके मैं लेके आ गई जा चल रख दे उठी कुड़िए किधर जा रहे तू डैडी जी घर देख रही सी अपना घर बहुत सोहना है तू एक बार समझा दी समझी नहीं हैगी जा उधर चली जा मुड़ के इधर आ जी नाले मेरी चाह उठे रख दे कर ठीक है डैडी जी डैडी इधर जा रहे हैं इन्ना गुस्सा करने वाली की गल कि बोलन लग गए डैडी दस इदा का की आ सारा घर आपदा ही हैगा इतने ना आया कर दस मैं कि गुनाह करता कोई चाह ही लैके गई सी हाँ कमू किमें आपदे अपने गल कर लग रही है बनी चाह चू हाँ जी चाह बनी है मैं दिनी है तुम पा फिर अज तो तेरे हाथ की पीनी है पर मैं पहला एक गल का जवाब दो की होया मैं सवेरे डैडी की चाह लैके गई सी उधर डैडी बड़े गुस्से ना बोले मैनू इधर ना आया कर कुड़िए मैं की गुनाह करता उधर गई सी तू तेनू मैं की समझा सी रात भी तैं कंध टप्पणी नहीं उधर करती हुई पागलों वाली गल मेरी गल सुन ल एक डैडी का पता नहीं तेनू कुछ कहा नहीं ना कह जे मैनू इस तो बाद उधर देगी ना तो समझ ली अपने आप तो जान तो हाथ धो लेंगी मेरी गल तो सुनो जी तुसी सो रहे सी गुस्से करता गल सुनो डैडी ਤੂੰ ਸਮਝਾਇ ਨਹੀਂ ਉਹਨੂੰ ਚੱਜ ਨਾਲ ਉਹ ਮੈਂ ਚੰਗੀ ਤਰ੍ਹਾਂ ਸਮਝਾ ਕੇ ਪਿਆ ਰਾਤ ਪਰ ਪਤਾ ਨਹੀਂ ਓਏ ਬੈਸ ਕਰ ਚੰਗੀ ਤਰ੍ਹਾਂ ਸਮਝਾਇਆ ਸੀ ਜੇ ਤੂੰ ਚੰਗੀ ਤਰ੍ਹਾਂ ਸਮਝਾ ਜਾਂਦਾ ਤਾਂ ਉਹ ਇੱਧਰ ਨਾ ਆਉਂਦੀ ਚੰਗੀ ਤਰ੍ਹਾਂ ਸਮਝਾ ਦੇ ਪੁੱਤ ਨਹੀਂ ਸਾਰੀ ਖੇਡ ਖਰਾਬ ਹੋ ਜੂ ਆਪਣੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅੱਜ ਲਾਸਟ ਹੀ ਗਲਤੀ ਸੀ ਅਗਲੀ ਵਾਰ ਤੋਂ ਨਾ ਤੂੰ ਵੀ ਕਮਰੇ ਨੂੰ ਜਿੰਦਾ ਲਾ ਕੇ ਰੱਖ ਪਤਾ ਨਹੀਂ ਦੋਨੇ ਪਿਓ ਪੁੱਤ ਕੀ ਗੱਲ ਕਰੀ ਜਾਂਦੇ ਨੇ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਆ ਪਤਾ ਨਹੀਂ ਕਿਉਂ ਇੱਥੇ ਦਿਲ ਜਾਂ ਨਹੀਂ ਲੱਗ ਰਿਹਾ ਘਰ ਬੇਸ਼ੱਕ ਬਹੁਤ ਵੱਡਾ ਪਰ ਪੇਕਿਆਂ ਦੇ ਘਰ ਵਰਗੀ ਮੌਜ ਕਿੱਥੇ ਹੁਣ ਤਾਂ ਡੈਡੀ ਵੀ ਵਿਚਾਰਾ ਮਸੀਂ ਗੇੜਾ ਮਾਰਿਆ ਕਰੂਗਾ ਵੀ ਕੁੜੀ ਤਕੜੇ ਘਰੇ ਵਿਆਹੀ ਆ ਬੇਸ਼ੱਕ ਇੱਥੇ ਸਭ ਕੁਝ ਆ ਪਰ ਦਿਲ ਨੂੰ ਅਜੀਬ ਜਿਹੀ ਖੋਹ ਪੈਂਦੀ ਆ ਚੱਲ ਮਨਾ ਕੋਈ ਗੱਲ ਨਹੀਂ ਪਿਆ ਬੈਠੀ ਆ ਕਮੋ ਕਮੋ ਹਾਂਜੀ ਇੱਕ ਨਾ ਤੂੰ ਮੈਨੂੰ ਸਵੇਰੇ ਸੁਨੇਹਾ ਉਠਾ ਦਿਆ ਕਰ ਨਾਲੇ ਚਾਹ ਚੂ ਬਣਾਈਏ ਹਾਂਜੀ ਚਾਹ ਬਣੀ ਪਈ ਹੈ ਡੈਡੀ ਨੂੰ ਦਿੱਤੀ ਹੈ ਕਿ ਨਾ ਚਾਹ ਨਹੀਂ ਜੀ ਮੈਂ ਨਹੀਂ ਡੈਡੀ ਕੋਲ ਗਈ ਡੈਡੀ ਗੁੱਸੇ ਹੋਣ ਲੱਗ ਜਾਂਦੇ ਆ ਤੁਸੀਂ ਸਭ ਕੁਝ ਆਪ ਹੀ ਕਰ ਲਿਆ ਕਰੋ ਤੂੰ ਚਾਹ ਪਾ ਕੇ ਤਾਂ ਰੱਖ ਸਕਦੀ ਦੁਕਾਨ 'ਤੇ ਮੈਂ ਨਹੀਂ ਜੀ ਤੁਹਾਡੇ ਦੋਨਾਂ ਦੀਆਂ ਗੱਲਾਂ 'ਚ ਆਉਂਦੀ ਚਾਹ ਪਾਈ ਪਈ ਆ ਆ ਲਓ ਚਾਹ ਲੈ ਜਾਓ ਉਹ ਇੰਨੀ ਕੁ ਚਾਹ ਨਾਲ ਕੀ ਹੋਊਗਾ ਡੈਡੀ ਇਕੱਲੇ ਤਾਂ ਹੈਗੇ ਨੇ ਇਕੱਲੇ ਬੇਸ਼ੱਕ ਨੇ ਪਰ ਚਾਹ ਉਹ ਜ਼ਿਆਦਾ ਪੀਂਦੇ ਨੇ ਤੂੰ ਆ ਥਰਮੋਸ ਫੜਾ ਮੈਨੂੰ ਕਿੰਨੇ ਗੁੱਸੇ ਨਾਲ ਬੋਲਦੇ ਨੇ ਸਮਝ ਨਹੀਂ ਆਉਂਦੀ ਚੱਲ ਕੀ ਰਿਹਾ ਇਸ ਘਰ ਦੇ ਵਿੱਚ ਡੈਡੀ ਡੈਡੀ ਨਹੀਂ ਅੱਲ ਜਾ ਉਹਨੂੰ ਪਹਿਲੀ ਸ਼ੱਕ ਹੋ ਰਹੀ ਆਪਣੇ ਤੂੰ ਆ ਚਾਹ ਚੱਕ ਮੈਂ ਜਾਣਾ ਕੰਮੋ ਤੂੰ ਇੱਥੇ ਤੈਨੂੰ ਮੈਂ ਕਿਹਾ ਸੀ ਨਾ ਇਹ ਕਮਰੇ ਤੋਂ ਦੂਰ ਰਹੀ ਤੂੰ ਫਿਰ ਮੰਨਦੀ ਨਹੀਂ ਨਾ ਮੇਰੀ ਗੱਲ ਮੈਂ ਸਮਝ ਗਿਆ ਤੇਰੀ ਥਾਂ ਇਸ ਘਰ 'ਚ ਨਹੀਂ ਹੈਗੀ ਤੈਨੂੰ ਮੈਂ ਕੂੜੇ ਦਾ ਢੇਰ ਤੋਂ ਲੈ ਕੇ ਆਇਆ ਚੱਲ ਉੱਥੇ ਸਿੱਟੂ ਤੈਨੂੰ ਮੇਰੀ ਗੱਲ ਤਾਂ ਸੁਣੋ ਜੀ ਜੇ ਮੇਰੇ ਤੋਂ ਗਲਤੀ ਹੋ ਗਈ ਮੇਰੀ ਗੱਲ ਸੁਣੋ ਚੱਲ 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 ਗੱਲ ਸੁਣੋ ਜੀ ਮੇਰੀ ਬਸ ਰਹਿਣ ਦੇ ਇਹਨੂੰ ਇੱਕ ਮੌਕਾ ਹੋਰ ਦੇ ਦੇ ਜੇ ਕੁੜੀ ਤੂੰ ਹੁਣ ਨਾ ਸਮਝੀ ਨਾ ਫਿਰ ਸਮਝਾਉਂਦਾ ਤੈਨੂੰ ਹੁਣ ਤਾਂ ਮੈਨੂੰ ਡੈਡੀ ਜੀ ਅੱਜ ਤੋਂ ਬਾਅਦ ਇਦਾਂ ਦੀ ਗਲਤੀ ਨਹੀਂ ਹੁੰਦੀ ਮੈਂ ਕਦੇ ਨਹੀਂ ਇੱਧਰ ਆਉਂਦੀ ਮੈਂ 10 ਵਾਰ ਕਹਿ ਮੈਂ ਜਦੀ ਤੂੰ ਆਈਆਂ ਜੇ ਚੱਲ ਜੇ ਤੂੰ ਪਰ ਜਾਣ ਦੇ ਜਾਂਦਾ ਸੁੱਟਾਉਂਦਾ ਇਹਨੂੰ ਮੈਂ ਕੁੜੀ ਦੇ ਢੇਰ 'ਤੇ ਓਏ ਵਿੱਕੀ ਪੁੱਤ ਪਿੰਡੋਂ ਕੱਢਣ ਦਾ ਕੋਈ ਮਸਲਾ ਨਹੀਂ ਹੱਲ ਹੁੰਦਾ ਤੂੰ ਫਿਕਰ ਨਾ ਕਰ ਜੇ ਨਾ ਸਮਝੀ ਨਾ ਫਿਰ ਠੀਕ ਹੈ ਡੈਡੀ
ਕੰਮੋ ਇਹ ਕੀ ਹੋ ਰਿਹਾ ਤਰਨਾ ਇਸ ਘਰ ਦੇ ਵਿੱਚ ਕੱਲ ਤਾਂ ਤੈਨੂੰ ਅਜੇ ਵਿੱਕੀ ਵਿਆਹ ਕੇ ਲੈ ਕੇ ਆਇਆ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਲੜਾਈ ਕਰਨ ਲੱਗ ਗਏ ਘਰ 'ਚ ਹੀ ਗਈ ਸੀ ਉੱਧਰ ਦੋਨੇ ਪਿਓ ਪੁੱਤ ਕਹਿੰਦੇ ਤੈਨੂੰ ਘਰੋਂ ਕੱਢ ਦਾਂਗੇ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਆ ਜਿਹੜੀ ਤੈਨੂੰ ਸਮਝ 'ਚ ਨਹੀਂ ਆ ਰਹੀ ਕੀ ਕਰਾਂ ਮੈਂ ਡੈਡੀ ਪਹਿਚਾਣ ਹੀ ਲਿਆ ਹੈ ਮੈਂ ਸੋਚਿਆ ਸੀ ਸਰਪ੍ਰਾਈਜ਼ ਦੇਊਂਗਾ ਤੈਨੂੰ ਜਾ ਕੇ ਸਰਪ੍ਰਾਈਜ਼ ਕਾਹਦਾ ਮੈਨੂੰ ਪਤਾ ਹੈ ਅੱਛਾ ਇਹ ਦੱਸ ਕੀ ਗੱਲ ਹੋ ਗਈ ਅੱਜ ਅਚਾਨਕ ਹੀ ਬੁਲਾ ਲਿਆ ਤੈਨੂੰ ਪਤਾ ਹਾਲੇ ਮੈਂ ਡੈਡੀ ਨੂੰ ਰੋਟੀ ਖਵਾਉਣ ਲੱਗਿਆ ਹੋਇਆ ਸੀਗਾ ਵਿੱਕੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਇੱਕ ਕਿਉਂ ਜਿੰਨੀਆਂ ਤੇਰਾ ਦਿਲ ਕਰਦਾ ਉਨੀਆਂ ਕਰ ਨਹੀਂ ਬਸ ਮੈਂ ਨਾ ਤਾਂ ਤੁਹਾਨੂੰ ਇੱਥੇ ਬੁਲਾਇਆ ਕਿ ਦੇਖੋ ਆਪਣੇ ਵਿੱਚ ਬਹੁਤ ਕੁਛ ਹੋ ਗਿਆ ਮੈਂ ਹੁਣ ਇਹ ਚਾਹੁੰਦੀ ਹਾਂ ਵੀ ਤੁਸੀਂ ਆਪਣੀ ਲਾਈਫ ਵਿੱਚ ਅੱਗੇ ਵਧੋ ਤੁਸੀਂ ਵੀ ਵਿਆਹ ਕਰਵਾਓ ਇਹ ਨਾ ਆਪਣੀਆਂ ਸਿਆਣੀਆਂ ਗੱਲਾਂ ਆਪਦੇ ਕੋਲ ਹੀ ਰੱਖ ਨਾਲੇ ਜੇ ਮੈਂ ਜ਼ਿੰਦਗੀ 'ਚ ਅੱਗੇ ਵੀ ਵਧਿਆ ਨਾ ਤਾਂ ਤੇਰੇ ਨਾਲ ਹੀ ਵਧੂੰਗਾ ਉਹ ਤਾਂ ਠੀਕ ਹੈ ਪਰ ਤੇਰੇ ਪਿਤਾ ਜੀ ਮੰਨ ਜਾਣਗੇ ਉਹਨਾਂ ਨੂੰ ਪਤਾ ਕਿ ਮੇਰੀ ਇਹ ਸੈਕਿੰਡ ਮੈਰਿਜ ਵਾ ਯਾਰ ਉਹਨਾਂ ਨੂੰ ਕੀ ਦੁੱਖ ਹੋ ਸਕਦਾ ਮੇਰੇ ਪਿਓ ਨੇ ਨਾ ਮੇਰੀ ਖੁਸ਼ੀ ਦੇਖਣੀ ਨਾਲੇ ਕੁਲਦੀਪ ਤੂੰ ਨਾ ਵਾਰ ਵਾਰ ਇਹਨਾਂ ਗੱਲਾਂ ਨੂੰ ਕਰਕੇ ਮੇਰਾ ਦਿਲ ਨਾ ਦੁਖੀ ਕਰਿਆ ਕਰ ਮੈਂ ਸਭ ਕੁਝ ਜਾਣਦਾ ਤੇਰੇ ਬਾਰੇ ਅਤੇ ਮੈਨੂੰ ਤੂੰ ਜਿਵੇਂ ਵੀ ਹੈਗੀਆਂ ਨਾ ਮੈਨੂੰ ਪਸੰਦ ਹੈ ਬਸ ਮੈਂ ਵਿਆਹ ਕਰਾਉਣਾ ਤਾਂ ਤੇਰੇ ਨਾਲ ਹੀ ਕਰਾਉਣਾ ਉਹ ਤਾਂ ਠੀਕ ਹੈ ਮੈਂ ਵੀ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਹਮਸਫ਼ਰ ਬਣੋ ਮੇਰੀ ਜ਼ਮੀਨ ਜਾਇਦਾਦ ਬਿਜ਼ਨਸ ਸਾਰਾ ਸੰਭਾਲੋ ਪਰ ਇਹ ਗੱਲਾਂ ਬਾਤਾਂ ਬਾਅਦ ਦੀਆਂ ਨੇ ਪਰ ਕੁਲਦੀਪ ਮੈਂ ਤੇਰੇ ਤੋਂ ਇੱਕ ਮੰਗ ਰੱਖਣਾ ਬਸ ਵੀ ਮੇਰੇ ਨਾਲ ਨਾ ਮੇਰੇ ਫਾਦਰ ਸਾਹਿਬ ਨੇ ਮੈਂ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਬਸ ਤੁਹਾਨੂੰ ਉਹਨਾਂ ਦਾ ਖਿਆਲ ਰੱਖਣਾ ਪੈਣਾ ਤੁਹਾਨੂੰ ਬਸ ਇੰਨੀ ਕੁ ਗੱਲ ਪਰ ਤੇਰੇ ਪਿਤਾ ਜੀ ਤਾਂ ਸਾਡੇ ਨਾਲ ਰਹਿਣ ਲਈ ਮੰਨ ਜਾਣਗੇ ਨਾ ਕੁਲਦੀਪ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਮੈਂ ਤੈਨੂੰ ਪਿਆਰ ਇੰਨਾ ਕਰਦਾ ਨਾ ਵੀ ਮੇਰੇ ਪਿਤਾ ਕੀ ਮੈਂ ਦੁਨੀਆ ਦੇ ਹਰੇਕ ਇਨਸਾਨ ਨੂੰ ਮਨਾ ਸਕਦਾ ਬਸ ਮੈਨੂੰ ਤੇਰੀ ਹਾਂ ਚਾਹੀਦੀ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਇੰਨੇ ਪਿਆਰ ਕਰਨ ਵਾਲਾ ਪਤੀ ਮਿਲੂਗਾ ਮੈਨੂੰ ਪਿਤਾ ਜੀ ਮਿਲਣਗੇ ਮੇਰੀ ਜ਼ਮੀਨ ਜਾਇਦਾਦ ਦਾ ਖਿਆਲ ਰੱਖਣਗੇ ਬਸ ਮੈਂ ਤਾਂ ਕਿਸਮਤ ਵਾਲੀ ਹਾਂ ਵਿੱਕੀ ਜੋ ਮੈਨੂੰ ਤੁਸੀਂ ਮਿਲੇ ਬਸ ਹੁਣ ਫਿਰ ਤੂੰ ਵਿਆਹ ਦੀਆਂ ਤਿਆਰੀਆਂ ਕਰ ਕਿਸੇ ਗੱਲ ਦੀ ਫਿਕਰ ਨਾ ਕਰਿਆ ਕਰ ਠੀਕ ਆ ਠੀਕ ਜਦੋਂ ਮੈਂ ਇਹਨਾਂ ਦੋਵਾਂ ਨੂੰ ਗੱਲਾਂ ਕਰਦੇ ਸੁਣਿਆ ਮੈਂ ਵਕੀਲ ਨੂੰ ਕਾਲ ਕੀਤੀ ਹੈਲੋ ਸਰ ਸਰ ਮੈਂ ਕੁਲਦੀਪ ਬੋਲ ਰਹੀ ਸੀ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਸ ਬੰਦੇ ਨਾਲ ਮੈਂ ਸੈਕਿੰਡ ਮੈਰਿਜ ਕਰਵਾਈ ਉਹ ਬੰਦਾ ਬਹਿਰੂਪੀ ਆ ਜੇ ਮੇਰੇ ਤੋਂ ਬਗੈਰ ਤੁਹਾਨੂੰ ਆ ਕੇ ਮਿਲਦਾ ਤਾਂ ਪਲੀਜ਼ ਉਹਨਾਂ ਦੀਆਂ ਗੱਲਾਂ 'ਤੇ ਤੁਸੀਂ ਬਿਲੀਵ ਨਹੀਂ ਕਰਨਾ ਪਹਿਲਾਂ ਮੇਰੇ ਨਾਲ ਗੱਲ ਕਰਨੀ ਆ ਮੈਂ ਉਹਦੇ ਨਾ ਇੱਕ ਟਕਾ ਵੀ ਨਹੀਂ ਲਵਾਉਣਾ ਚਾਹੁੰਦੀ ਕਿੱਲਾ ਲਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਰ ਪਲੀਜ਼ ਮੇਰੀ ਰਿਕੁਐਸਟ ਹੈ ਮੇਰੇ ਮਾਂ ਪਿਓ ਨੇ ਬਹੁਤ ਮਿਹਨਤ ਨਾਲ ਇਹ ਜ਼ਮੀਨ ਜਾਇਦਾਦ ਬਣਾਈ ਮੈਂ ਨਹੀਂ ਚਾਹੁੰਦੀ ਇਹਨਾਂ ਬਹਿਰੂਪੀਆਂ ਦੇ ਹੱਥ ਆਵੇ ਇਹ
सर मैं थोनों बाकी गल मिल के करांगी। थैंक यू सर, थैंक यू सो मच। डैडी डैडी जिहड़ी गल दा डर सी उही होगी। जिहड़े लालच च मैं इहदे नाल ब्याह कराया सी ना, उस गल ती नहीं आउंदी। मैं हुणे उहनूं वकील नाल गल करदी नूं देखिया, कहिंदी मैं इहनां नूं इक खुड वी नहीं दिंदी जमीन दा। मैं तां यार बड़ा कसूता फसिया इहदे नाल, एड्डी उम्र दी जनानी नाल ब्याह वी करवाया ते ओए तूं फिकर ना कर, कोठी तेरे नाम हो गई ना, बाकी वी पजान नहीं देखदे। तूं ऐ कर बस, हां किसे ना किसे तरीके नाल इधर लिया इक कमरे च। हां चल डैडी बस आ गया। मैं कुलदीप हो गया, तुसी क्यों इन्ने घबराए होए हो? ओ डैडी नु पता नहीं की हो गया, तू एक मिनट कमरे च आ। पता नहीं हुण चंगे भले सीगे, हुण ही उहनां दा सांझा चढ़ गया। पता डैडी जान दे भाई। अच्छा बहुत माड़ा कीता इन्हां ने तुहाडे नाल, एडे पापी बंदे आ इह। मैं इस घर दी मालकण ते इन्हां ने मेरा हाल कर दित्ता। ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ, ਮੇਰੇ ਨਾਲ ਵੀ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ। ਸ਼ਾਪੀ ਗੇਟ ਵੀ ਖੁੱਲ੍ਹਾ ਹੀ ਪਿਆ, ਕਰਤਾ ਨਹੀਂ ਕੋਈ ਕੰਮ, ਨਾ ਹਟੀ ਹੈ, ਖੜ ਜਾ ਵਿੱਕੀ ਨੂੰ ਬੁਲਾਉਣਾ। ਹਾਂ ਵਿੱਕੀ। ਹਾਂ ਡੈਡੀ। ਕਿੱਥੇ ਤੂੰ? ਮੈਂ ਇੱਥੇ ਸੀਗਾ ਬਾਹਰ। ਉਹ ਤੂੰ ਜਲਦੀ ਘਰੇ ਆ, ਆ ਕੁੜੀ ਨੇ ਹਟੀ ਨਹੀਂ ਦੇਖਾ, ਅੰਦਰ ਚਲੀ ਗਈ ਕਮਰੇ 'ਚ। ਹੋ ਅੱਜ ਦਾ ਆਖਰੀ ਦਿਨ ਆ, ਆ ਜਾ ਜਲਦੀ। ਮੈਂ ਵੀ ਇਹੀ ਚਾਹੁੰਦਾ ਸੀ ਵੀ ਗੇਟ ਬੰਦ ਹੀ ਕਰ ਲਏ, ਆ ਜਾਂਦੇ ਵਿੱਕੀ ਨੂੰ। ਡੈਡੀ ਕੀ ਗੱਲ ਹੈ ਯਾਰ? ਉਹ ਯਾਰ ਅੰਦਰ ਚਲੀ ਗਈ ਹੈ। ਤੂੰ ਕਿੱਥੇ ਸੀਗਾ? ਤੈਨੂੰ ਅੱਖ 'ਚ ਜਿੰਦਾ ਲਾ ਕੇ ਰੱਖਿਆ। ਓਏ ਮੈਂ ਤਾਂ 2 ਮਿੰਟ ਲਈ ਬਾਹਰੋਂ ਗਿਆ ਸੀਗਾ। ਫਿਰ ਚਾਬੀ ਜ਼ਰੂਰੀ ਥੋੜ੍ਹੀ ਜਿਹੀ ਬਾਹਰ ਰੱਖ ਕੇ ਜਾਣੀ। ਮੈਨੂੰ ਕੀ ਪਤਾ ਸੀ ਐਂ ਕਰ ਦੂਗੇ। ਚੱਲ ਕੋਈ ਨਹੀਂ, ਅਜੇ ਵੀ ਕੁਝ ਨਹੀਂ ਵਿਗੜਿਆ, ਬਾਹਰ ਆਵਾਜ਼ ਨਾ ਆਵੇ ਕਿਸੇ ਨੂੰ। ਚੱਲ ਫਿਰ ਕਰਦੇ ਹਾਂ ਕੰਮ ਇਹਦਾ। ਚੱਲ ਆ ਜਾ, ਕੰਮੋ ਗੇਟ ਖੋਲ ਦੇ। ਹੁਣ ਕੀ ਕਰਾਂਗੇ? ਗੇਟ ਨਹੀਂ ਖੋਲਣਾ, ਨਹੀਂ ਤੁਸੀਂ ਘਬਰਾਓ ਨਾ, ਮਾਰ ਦੇਣਗੇ। ਘਬਰਾਓ ਨਾ, ਪੁਲਿਸ ਨੂੰ ਫੋਨ ਕੀਤਾ ਮੈਂ। ਜੇ ਪੁਲਿਸ ਨੂੰ ਆਏ ਆਉਂਦੀ ਹੋਊਗੀ, ਡਰੋ ਨਾ। ਡਰੋ ਨਾ ਤੁਸੀਂ, ਪੁਲਿਸ ਆਉਂਦੀ ਹੋਊਗੀ, ਫੋਨ ਕੀਤਾ ਹੋਇਆ। ਪੁਲਿਸ ਆ ਵੀ ਜਾਊਗੀ ਨਾ, ਮੈਨੂੰ ਬਹੁਤ ਡਰ ਲੱਗ ਰਿਹਾ। ਹਾਂਜੀ ਦੋਸਤੋ, ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਇਹੋ ਜਿਹੀਆਂ ਠੱਗੀਆਂ ਠੋਰੀਆਂ ਤੋਂ ਬਚੋ, ਇਹੋ ਜਿਹੇ ਲਾਲਚੀ ਬੰਦਿਆਂ ਤੋਂ ਬਚੋ। ਆਪਦੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਜਲਦਬਾਜ਼ੀ 'ਚ ਨਾ ਲਓ, ਕਿਉਂਕਿ ਜਲਦਬਾਜ਼ੀ 'ਚ ਲਏ ਹੋਏ ਫੈਸਲੇ ਅਕਸਰ ਗਲਤ ਹੀ ਹੁੰਦੇ ਨੇ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬਹੁਤ ਬਹੁਤ ਧੰਨਵਾਦ ਦੋਸਤੋ।